दिवाली तो पहला मापियां दे इकलौते पुत दा कतल किया गया। ए नौजवान दाना मंडी दे विच अपनी फसल दी राखी ते बैठा सी ता दूसरी धिर दे वलों इसका कतल किया गया। पहला इस ते कार चार दित्ती, फिर तेज तर हथियारां दे नाल इस नूं मौत दे घाट उतारिया गया। बरनाला दी पक्खों के दाना मंडी दे विच ए वारदात हुई है। दूजी धिर दे रमनदीप सिंह दे वलों ट्रैक्टर ते डैक लगाया होया सी, स्पीकर लगाया होया सी, जो कि मृतक नौजवान जसलीन सिंह ने बंद कर दिता। फिर की सी दोवां दी लड़ाई हो गई और दूजी धिर ने अपने कुछ बंदे बुला के जसलीन सिंह ते हमला किया। तेज तर हथियारां दे नाल उसनू मौत दे घाट उतार दिता। दस दे कि मृतक नौजवान मापियां दा इकलौता पुत सी, भैन कैनेडा दे विच है, पिता आर्मी दा साबका जवान है। पुलिस दे वल्लों 18 मुलजमां ते परचा दर्ज किया गया। तां दस दिए कि पिंड पक्खों के दी दाणा मंडी दे विच इह वारदात हुई। इह नौजवान अपनी फसल दी राखी बैठा सी, दूजी धिर दे वल्लों ट्रैक्टर ते स्पीकर लगाया गया जो इसने बंद किया सी। इस गल नूं लैके दोवां दे विचकार झगड़ा हो गया। रमनदीप सिंह ने अपने कुछ बंदे बुला के जसलीन सिंह ते हमला करवाया और उसका बड़ी बेरहमी दे नाल कतल कर दिता। फिलहाल पुलिस दे वल्लों इस मामले दी जांच कीती जा रही है। ਇਹ ਵੀ ਇੱਕ ਘਟਨਾ ਮੰਡੀ 'ਚ ਹੋਈ ਹੈਗੀ। ਮੁੰਡੇ ਬੈਠੇ ਸੀ ਉੱਥੇ, ਜੀਰੀ ਭਰ ਰਹੇ ਸੀਗੇ। ਇਹ ਘਟਨਾ ਡੈੱਕ ਪਿੱਛੇ ਹੋਈ ਆ ਵੀਰੇ। ਉੱਥੇ ਚਲੋ ਆਣ ਬਾਣ ਹੋ ਗਈ, ਲੜ ਪਏ, ਉੱਥੋਂ ਬੰਦੇ ਨੇ ਸੜਾ ਤਾ। ਉਦੋਂ ਬਾਅਦ ਜੀ ਟਾਈਮ ਪਾ ਕੇ ਫੋਨ ਲਾ ਕੇ ਸੱਦੀ ਗਏ। ਚਲੋ ਇਹਨਾਂ ਨੇ ਫੋਨ ਨਹੀਂ ਚੱਕਿਆ, ਕਹਿੰਦੇ ਵੀ ਕਾਹਨੂੰ ਮਸਲਾ ਵਧਾਉਣਾ ਪਿੰਡ ਦੇ ਬੰਦਿਆਂ ਨੇ ਸਮਝਾਇਆ। ਪਰ ਜਦੋਂ ਫੋਨ ਲਾਈ ਗਏ ਮੰਡੀ 'ਚ ਆ ਕੇ ਖੜ ਗਏ ਜੀ, ਅਸੀਂ ਨੋਰਮਲ ਆ ਕੇ ਖੜ ਗਏ ਬੰਦੇ ਜੀ। ਉਹ ਬੰਦੇ ਦੀਆਂ 5 ਗੱਡੀਆਂ ਆਈਆਂ ਜੀ। ਪਹਿਲਾਂ ਇੱਕ ਮੋਟਰਸਾਈਕਲ ਦੇ 3 ਜਣੇ ਆਏ ਆ, ਉਹਨਾਂ ਨੇ ਆ ਕੇ, ਉਹਨਾਂ 'ਚੋਂ 2 ਬੰਦਿਆਂ ਨੇ ਆ ਕੇ ਨਾ ਜੀ ਉਹ ਚੱਕੇ ਮੰਡੀ 'ਚ, ਜਿਹੜੇ ਝੋਨਾ ਲਾਉਣ ਵਾਲੇ ਹੁੰਦੇ ਆ ਸੱਪਰ ਗਏ ਚੱਕੇ, ਉਹ ਸਾਰੇ ਬੰਦਿਆਂ ਦੇ ਭੜਕਾਏ ਜੀ। 12 ਬੰਦੇ ਪਾਸੇ ਕਰਤੇ, ਸਕਾਰਪੀਓ ਗੱਡੀ ਆਈ, ਆਉਣ ਸਾਰ ਗੱਡੀ ਨੇ ਜੀ ਉਹ ਮੁੰਡੇ ਦੇ, ਜਿਹੜੇ ਮੁੰਡੇ ਦੀ ਡੈਥ ਹੋਈ ਆ ਜੱਸੂ ਦੇ, ਉਹਦੇ ਉੱਤੋਂ ਦੀ ਨੰਘਾ ਤੀ ਜੀ, ਜਮਾਂ ਉੱਤੋਂ ਦੀ ਨੰਘਾ ਕੇ। ਉਦੋਂ ਬਾਅਦ ਉੱਤਰ ਕੇ ਜਿੰਨੇ ਰਾੜਾਂ ਸੀ 9 ਬੰਦੇ ਉੱਤਰੇ ਜੀ। ਸਕਾਰਪੀਓ ਗੱਡੀ ਵੀ ਚਿੱਟੇ ਰੰਗ ਦੀ ਸਕਾਰਪੀਓ ਸੀ ਜੀ, ਅਤੇ 9 ਬੰਦਿਆਂ ਨੇ ਦੇਖ ਲਓ ਸਾਰਿਆਂ ਦੀ ਰਾੜਾਂ ਮਾਰੀਆਂ। ਉਦੋਂ ਬਾਅਦ ਨਿਕਲਣ ਸਾਰ ਬਾਹਰੇ ਮੁੰਡੇ ਜਾ ਰਹੇ ਸੀਗੇ ਮੋਟਰਸਾਈਕਲ 'ਤੇ, ਉਹਨਾਂ ਮੋਟਰਸਾਈਕਲ ਗੱਡੀ ਮਾਰੀ ਜੀ, ਉਹਨਾਂ ਮੋਟਰਸਾਈਕਲ 'ਤੇ ਬੰਦੇ ਦੋਨੇ ਭੜਕਾ ਕੇ ਮਾਰੇ, ਉਹ ਦੋਨੇ ਬੰਦੇ ਜ਼ਖਮੀ ਆਈ, ਇੱਕ ਦੀ ਢੂਹੀ ਦਾ ਮਣਕਾ ਹਿੱਲ ਗਿਆ ਜੀ। ਅਤੇ ਉਦੋਂ ਬਾਅਦ ਗਾਹਾਂ ਜਾ ਕੇ ਬਲੈਰੋ ਗੱਡੀ 'ਚ ਸੀਗੇ ਜੀ ਬੰਦੇ, ਉਹਨਾਂ ਨੇ ਬਲੈਰੋ ਗੱਡੀ ਦੇ ਮੂਹਰੇ ਲਾ ਕੇ ਸਕਾਰਪੀਓ ਗੱਡੀ ਜੀ ਰਾੜ ਮਾਰੀ ਬਲੈਰੋ ਗੱਡੀ ਦੇ। ਉਹ ਚਲੋ ਗੱਡੀ ਵਾਲੇ ਮੁੰਡੇ ਨੇ ਬੈਕ ਕਰਕੇ ਚੌਂਕੀ ਮੂਹਰੇ ਗੱਡੀ ਲਾ ਦਿੱਤੀ ਜੀ। ਉਦੋਂ ਬਾਅਦ ਉਹ ਫਰਾਰ ਹੋ ਗਏ। ਕਿੰਨੀਆਂ ਗੱਡੀਆਂ ਨੇ ਹਮਲਾ ਕੀਤਾ? 5 ਗੱਡੀਆਂ ਨੇ ਵੀਰੇ ਹਮਲਾ ਕੀਤਾ, ਇੱਕ ਮੋਟਰਸਾਈਕਲ ਸੀ, 5 ਗੱਡੀਆਂ ਸੀ। ਇਹ ਮਾਮਲਾ ਪੱਖੋ ਦਾ ਗਾ, ਉੱਥੇ ਰਾਤ 9:30 ਵਜੇ ਦੇ ਕਰੀਬ ਲੜਾਈ ਹੋ ਗਈ। ਜਿਹੜੇ ਮੁੰਡੇ ਦੀ ਡੈਥ ਹੋ ਗਈ ਉਹ 'ਤੇ ਸਿੱਧੀ ਲਿਆ ਕੇ ਖੜ੍ਹੇ ਦੇ ਉੱਤੇ ਗੱਡੀ ਚਾੜਤੀ ਉਹਨਾਂ ਨੇ। ਬਾਕੀ ਉਦੋਂ ਬਾਅਦ ਜਿਹੜੇ ਮੁੰਡੇ ਉਹਦੇ ਨਾਲ ਸੀ, ਇੱਕ ਦੋ ਮੁੰਡੇ ਮੰਡੀ 'ਚ ਸੀ, ਉਹਨਾਂ ਦੀ ਜੀਰੀ ਪਈ ਸੀ, ਉੱਥੇ ਬੈਠੇ ਸੀਗੇ ਉਹ। ਉਦੋਂ ਬਾਅਦ ਉਹਨਾਂ ਨੇ ਉਹ ਵੀ ਦੋ ਜਣਿਆਂ ਦੀਆਂ ਲੱਤਾਂ ਬਾਹਾਂ ਤੋੜਤੀਆਂ, ਦੋ ਜਣੇ ਹੋਰ ਜ਼ਖਮੀ ਹੋ ਗਏ। ਬਹੁਤ ਜ਼ਿਆਦਾ ਉਹਨਾਂ ਨੇ ਇੰਨੀ ਭੈੜੀ ਤਰ੍ਹਾਂ ਨਾਲ ਜਿਹੜੇ ਵੇਲਚੇ ਹੁੰਦੇ ਨੇ ਉਹ ਬਾਈ ਗਲਾਂ ਦੇ ਵਿੱਚ ਇੱਥੇ ਮਾਰੇ ਨੇਗੇ। ਜੇ ਉਹਦਾ ਮੂੰਹ ਦੇਖੀਏ, ਜਿਹੜੇ ਮੁੰਡੇ ਦੀ ਡੈਥ ਹੋਈ ਯਾਰ, ਮੂੰਹ ਵੀ ਦੇਖਣ ਯੋਗ ਨਹੀਂ ਛੱਡਿਆ। FRI ਦਰਜ ਹੋਈ ਆ, ਪ੍ਰਸ਼ਾਸਨ ਨੂੰ ਕਹਿੰਦਾ ਜੀ ਪੋਸਟਮਾਰਟਮ ਕਰਾ ਲਓ, ਪਰ ਉਹਨਾਂ ਟਾਈਮ ਪੋਸਟਮਾਰਟਮ ਨਹੀਂ ਕਰਾਉਂਦੇ ਜਿੰਨਾ ਟਾਈਮ ਉਹਨਾਂ 'ਤੇ ਬਣਦੀ ਕਾਰਵਾਈ ਹੁੰਦੀ ਨਹੀਂ। ਪਹਿਲਾਂ ਬਾਈ ਇਹਦਾ ਮੁੰਡਾ ਹੈ ਹੀ ਨਹੀਂ ਸੀ ਯਾਰ ਇਹ ਜਿਹਾ ਰੰਜਿਸ ਵਾਲਾ ਨਾਲ ਲੜਨ ਵਾਲਾ। ਮਾਮਲਾ ਕੁਛ ਵੀ ਨਹੀਂ, ਮਾੜੀ ਮੋਟੀ ਗੱਲ ਸੀਗੀ ਅਤੇ ਨੋਰਮਲ ਗੱਲ ਆਪਣੀ ਹੋ ਜਾਂਦੀ ਹੈ ਵੀਰੇ। ਆਪਾਂ ਹੈ ਨਾ ਫੋਨ ਲਾ ਕੇ ਇੱਕ ਦੂਜੇ ਨੂੰ ਗਾਲਾਂ ਕੱਢੀਏ, ਉਹ ਗੱਲ ਗਲਤ ਹੈਗੀ। ਉਹਨੇ ਤਾਂ ਨੋਰਮਲ ਕਹਿ ਦਿੱਤਾ ਵੀ ਉੱਥੇ ਆ ਜਾਓ ਆਪਣਾ ਮੰਡੀ 'ਚ, ਇਹ ਨੋਰਮਲ ਅਸੀਂ ਜਾ ਕੇ ਉੱਥੇ ਖੜ੍ਹ ਗਏ ਅਤੇ ਉੱਥੇ ਜਾ ਕੇ ਬਾਈ ਇਹ ਮੰਨ ਕੇ ਚੱਲ ਜਦੋਂ ਬੰਦੇ ਖੁੱਲਰ ਗਏ ਬਈ ਤਾਂ ਥੋੜ੍ਹੇ ਬੰਦੇ ਰਹਿ ਗਏ, ਉਦੋਂ ਬਾਈ 5-6 ਗੱਡੀਆਂ ਲੈ ਕੇ ਆ ਗਏ ਬਾਈ, ਗੱਡੀ ਸਿੱਧੀ ਵਿੱਚ ਮਾਰੀ ਲਿਆ ਗਿਆ ਉਹਨਾਂ ਨੇ ਵੀਰੇ ਆਪਣੇ ਜੱਸੂ ਦੇ ਜਸਮੀਨ ਦੇ, ਉਹਦੇ ਜਦੋਂ ਗੱਡੀ ਵਿੱਚ ਮਾਰੀ ਵੀਰੇ ਉਹ ਤੋਂ ਉੱਠਿਆ ਨਹੀਂ ਗਿਆ। ਅਤੇ ਇੱਕ ਹੈਗਾ ਸੀ ਰਮਣੀ ਮੁੰਡਾ, ਰਮਣੀ ਹੈਗਾ ਅਤੇ ਉਹਦਾ ਇੱਕ ਮੁੰਡਾ ਹੈਗਾ ਕੀ ਨਾਮ ਮੈਕੀ, ਉਹਦਾ ਨਾਮ ਮੈਕੀ ਹੈ ਵੀਰੇ। ਉਹਨਾਂ ਨੇ ਸਿਰ 'ਤੇ ਰਾੜਾਂ ਮਾਰੀਆਂ, ਟੰਬੇ ਮਾਰਿਆ, ਮਤਲਬ ਟੰਬੇ ਮਾਰਿਆ ਵੀਰੇ, ਉਹ ਬਰਾਮਦ ਵੀ ਹੋਇਆ ਉੱਥੋਂ। ਅਤੇ ਉਹਨਾਂ ਨੂੰ ਵੀਰੇ ਹਜੇ ਤੱਕ ਫੜਿਆ ਨਹੀਂ ਗਿਆ, 24 ਘੰਟੇ ਹੋ ਗਏ। ਇਹਦੇ ਵਿੱਚ ਵੀਰੇ ਜੈਸਮੀਨ ਦੀ ਡੈਥ ਹੋਈ ਆ। ਕਮਾਉਣ ਵਾਲਾ ਵੀਰੇ ਡੈਡੀ ਫੌਜੀ ਸੀਗਾ ਰਿਟਾਇਰ ਹੋਇਆ ਹੋਇਆ, ਅਤੇ ਸਿਸਟਰ ਬਾਹਰ ਹੈਗੀ ਅਤੇ ਇੱਕ ਮੰਮਾ ਗਿਆ ਉਹਨਾਂ ਦੀ ਵੀਰੇ। ਜ਼ਾਰਾ ਹੋ ਗਿਆ ਵੀਰੇ ਯਾਰ, ਉਹ ਤਾਂ ਪੱਟੇ ਗਏ ਵੀਰੇ, ਹੁਣ ਪਿੱਛੇ ਕੀ ਰਹਿ ਗਿਆ ਜਿਹਦੇ ਲਈ ਕਮਾਉਣਾ ਸੀ ਵੀਰੇ, ਉਹਦੀ ਉਹ ਤਾਂ ਹੁਣ ਰਹੇ ਹੀ ਨਹੀਂ ਹੈ ਨਾ, ਕੀ ਉਹਨਾਂ ਦੀ ਜ਼ਿੰਦਗੀ ਰਹਿ ਗਈ ਪਿੱਛੇ। ਪ੍ਰਸ਼ਾਸਨ ਤੋਂ ਵੀਰੇ ਇਹੀ ਮੰਗ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਵੀਰੇ ਫੜਿਆ ਜਾਵੇ, ਮੇਨ ਆ ਜਿਹੜੇ, ਅਤੇ ਉਦੋਂ ਬਾਅਦ ਉਹਨਾਂ 'ਤੇ ਬੰਦ ਦੀ ਕਾਰਵਾਈ ਕੀਤੀ ਜਾਵੇ। ਨਹੀਂ ਵੀਰੇ ਉਹਨਾਂ ਟਾਈਮ ਪੋਸਟਮਾਰਟਮ ਕਰਵਾਉਣਾ ਹੀ ਨਹੀਂ ਅਸੀਂ, ਜਿੰਨਾ ਟਾਈਮ ਉਹ ਫੜੇ ਨਹੀਂ ਜਾਂਦੇ।
24 घंटे हो गए हजे तक मेरे फड़े नहीं आते। वह मुंडा इंस्टाग्राम से लाइव हो के लाइव नहीं मतलब इंस्टाग्राम से स्टोरियां देखी जाता पिंड दियाँ वो ट्रैकिंग कर तो नॉर्मल गल है ट्रैकिंग करके चक्कर रमनजीत रमना पिंड टैक्स ला रखा जो रमन जयसू है जो रोकया तो आप उस तो बाद घर जाके फिर दोनों पार्टियां फिर कट्ठिया हुई तो इस रंजित आके रमनजीत सिंह रमना ने अपने साथी बुला के पुछमार की सत्ता लगी तो उस मौके हस्पता लिया गया तो उस डॉक्टर ने मुख घोषित किया कि रमनजीत सिंह के विरुद्ध रमनजीत सिंह के 12 साथियों के संख्य नामलूम व्यक्तियों के विरुद्ध अभी मृतक तक जसू के पिता गुरचरण सिंह बयान से एफआईआर नंबर 144 103 डीएनए दर्ज कर ली है तो अभी दोषियों के रेड कर रहे हैं तो दोषियों का अभी मृतक का पोस्टमार्टम करवा के अगली कार्रवाई की उम्मीद है। साड़िया पार्टियां रेड पार्टी खरीदे गई है सूँ उम्मीद है भी अभी जल्दी फल लग सकते हैं ये सब डॉक्टर पोस्टमार्टम बाद ही रख लो डॉक्टर पाउडर टेस्ट किया।